इन्ना जोश लोगों दे विच आम देखन नूं मिल रहा है। आम जनता अपने घरां चों निकल के देश लई जुड़ रही है। इन्ना वड्डा हुंगारा शायद पहला कदी वेखन नूं नहीं मिलिया। लोकां नूं जो अखंडता भारत दी होनी चाहीदी है और जो होया करदी सी कांग्रेस सरकार वेले, लोक उहनूं वापस चाहुंदे है। और जिहड़े पक्षपात जिहड़े फर्क बीजेपी दी सरकार ने पाते है, धर्मां दे विच पाते है, जात पात दे फर्क पाते है, और जो देश दी तरक्की तों लैके जिहड़ी सूई पक्षपात ते खड़ी करती सी ना, उह सूई मैनूं लगदा है वापस देश की तरक्की वल तुरकूगी। ते आउण वाले समें दे विच सानूं पूर्ण उम्मीद है कि जिन्नी मेहनत कीती जा रही है देश दे विच कांग्रेस की सरकार बनूगी ते राहुल गांधी प्रधानमंत्री होणगे। पंजाब दे विच कांग्रेस दा देखिया जांदा कि गुटबाजियां बहुत चलदियां ने, आपस दे विच इकट्ठे होके नहीं चलदे, तो लगदा इस फेरी दे नाल एकता होगी कांग्रेस पार्टी च। ਇਹ ਤਾਂ ਵੇਖੋ ਤੁਹਾਨੂੰ ਲੱਗ ਰਿਹਾ ਕਿ ਇੰਨੀ ਜਦੋਂ ਦੀ ਯਾਤਰਾ ਸ਼ੁਰੂ ਹੋਈ ਹੈ ਕੋਈ ਹੈ ਲੀਡਰ ਜਿਹੜਾ ਨਹੀਂ ਆਇਆ ਯਾਤਰਾ ਦੇ ਵਿੱਚ? ਕਿਸੇ ਇੱਕ ਲੀਡਰ ਦਾ ਨਾਮ ਦੱਸੋ ਮੈਨੂੰ। ਇਸ ਯਾਤਰਾ ਨੇ ਬਿਲਕੁਲ ਜਿੰਨੇ ਫਰਕ ਪਏ ਵੇ ਸੀ ਔਰ ਜਿੰਨਾ ਮਤਲਬ ਜਿੰਨੀਆਂ ਧੜੇਬਾਜ਼ੀਆਂ ਬਣੀਆਂ ਹੋਈਆਂ ਸੀ ਜੇ ਸੀਗੀਆਂ ਤਾਂ ਉਹ ਖਤਮ ਕਰਤੀਆਂ। ਤੇ ਵੈਸੇ ਵੀ ਨਾ ਇਹ ਟੈਂਪਰੇਰੀ ਹੁੰਦੀਆਂ ਇਹ ਚੀਜ਼ਾਂ, ਹਰ ਬੰਦਾ ਇੱਕ ਪਾਰਟੀ ਦੇ ਨਾਲ ਹੀ ਹੈ, ਲੀਡਰਸ ਵੀ ਪਾਰਟੀ ਦੇ ਨਾਲ ਹੀ ਹੋਇਆ ਕਰਦੇ ਹੈ। ਸੋਸ਼ਲ ਮੀਡੀਆ ਤੇ ਤਸਵੀਰਾਂ ਕੁਝ ਰਾਜਾ ਬਣੀ ਦੀਆਂ ਸਾਹਮਣੇ ਆਉਂਦੀਆਂ ਨੇ, ਵਾਇਰਲ ਹੁੰਦੀਆਂ ਨੇ, ਸਕੇ ਮੁੱਕੀ ਵਾਲੀਆਂ, ਉਹਨਾਂ ਨੂੰ ਐਜ਼ ਅ ਪਤਨੀ ਕਿਵੇਂ ਦੇਖ ਰਹੇ ਹੋ ਤੁਸੀਂ? ਦੇਖੋ ਜਦੋਂ ਕੋਈ ਇਨਸਾਨ ਮਿਹਨਤ ਕਰਦਾ ਹੈ ਨਾ ਤਾਂ ਉਹਦੇ ਵਿੱਚ ਰੁਕਾਵਟਾਂ ਵੀ ਆਉਂਦੀਆਂ। ਇੱਕ ਵੈਸੇ ਬੇਸਿਕ ਗੱਲ ਕਰ ਰਹੀ ਹਾਂ, ਲੇਕਿਨ ਜਦੋਂ ਆਪਾਂ ਸੜਕ ਤੇ ਤੁਰਦੇ ਹਾਂ, ਇਹ ਮੈਂ ਪਹਿਲਾਂ ਵੀ ਕਹਿ ਕੇ ਹਟੀ ਹਾਂ ਕਿ ਆਪਾਂ ਕਲਾਸ ਰੂਮ ਚ ਬੱਚੇ ਚਾਰ ਲਾਈਨਾਂ ਚ ਨਹੀਂ ਬਿਠਾਏ ਦੇ। ਹਰ ਬੰਦਾ ਆਪਦੇ ਘਰ ਚੋਂ ਨਿਕਲ ਕੇ ਉਨੀ ਲਿਮਿਟਡ ਏਰੀਆ ਦੇ ਵਿੱਚ ਤੁਰ ਰਿਹਾ ਹੁੰਦਾ, ਤੇ ਜੇ ਕਿਤੋਂ ਧੱਕਾ ਵੱਜ ਜਾਂਦਾ ਤੇ ਮੀਡੀਆ ਨੂੰ ਤੇ ਮਸਾਲਾ ਮਿਲ ਜਾਂਦਾ ਨਾ ਉਹਨੂੰ ਚੱਕਣ ਵਾਸਤੇ, ਮੀਡੀਆ ਨੂੰ, ਮੇਰੇ ਭਰਾਵਾਂ ਨੂੰ। ਸੋ ਉਸ ਚੀਜ਼ ਤੋਂ ਤੁਸੀਂ ਫੋਕਸ ਚੱਕ ਕੇ ਤੇ ਯਾਤਰਾ ਤੇ ਫੋਕਸ ਕਰੋ, ਆਈ ਥਿੰਕ ਉਹ ਤੁਹਾਡੀ ਨਿਊਜ਼ ਜ਼ਿਆਦਾ ਚੱਲੂਗੀ। ਜਿਹੜੀਆਂ ਕਿਤੇ ਨਾ ਕਿਤੇ ਗਲਤੀਆਂ ਪਹਿਲਾਂ ਪਾਰਟੀ ਤੋਂ ਹੋਈਆਂ ਆਪਾਂ ਸਾਰੇ ਜਾਣਦੇ ਹਾਂ, ਉਹਨਾਂ ਨੂੰ ਦੁਬਾਰਾ ਕਦੀ ਜ਼ਿੰਦਗੀ ਚ ਦੁਹਰਾਇਆ ਨਾ ਜਾਵੇ। ਜੋ ਕੈਪਟਨ ਸਾਹਿਬ ਤੋਂ ਜਦੋਂ ਪ੍ਰਧਾਨ ਸੀਗੇ ਜੋ ਜੋ ਹੋਇਆ ਆਪਾਂ ਸਾਰੇ ਜਾਣਦੇ ਹਾਂ, ਉਹਨਾਂ ਚੀਜ਼ਾਂ ਨੂੰ ਕਦੀ ਰਿਪੀਟ ਨਹੀਂ ਕੀਤਾ ਜਾਊਗਾ। ਤੇ ਹਮ ਬੀਜੇਪੀ ਦਾ ਕਿਹੜਾ ਲੀਡਰ ਹੈ ਜਿਹਨੇ ਇਸ ਤਰ੍ਹਾਂ ਯਾਤਰਾ ਕੀਤੀ ਹੈ ਪੂਰੇ ਦੇਸ਼ ਦੀ? ਦੱਸੋ ਮੈਨੂੰ ਇੱਕ ਲੀਡਰ ਦਾ ਨਾਮ ਲਓ ਜਿਹਨੇ ਕੀਤੀ ਹੋਵੇ ਇਸ ਤਰ੍ਹਾਂ ਯਾਤਰਾ। ਮੈਂ ਤਾਂ ਕਹਿੰਦੀ ਹਾਂ ਮੋਦੀ ਜੀ ਨੂੰ ਵੀ ਕੁਝ ਸਮਝ ਆਵੇ ਤੇ ਉਹ ਭਾਰਤ ਤੋਂ ਬਾਹਰ ਦੇ ਦੌਰਿਆਂ ਨੂੰ ਛੱਡ ਕੇ ਦੇਸ਼ ਵੱਲ ਮਾੜੀ ਜੀ ਨਿਗਾਹ ਮਾਰਨ, ਮੈਂ ਤਾਂ ਉਮੀਦ ਕਰਦੀ ਹਾਂ ਇਸ ਗੱਲ ਦੀ। ਹਾਂਜੀ, ਹਰ ਪਾਰਟੀ ਦੇਖੋ ਇਹ ਡੈਮੋਕ੍ਰੇਸੀ ਹੈ, ਹਰੇਕ ਪਾਰਟੀ ਨੂੰ ਪੂਰਾ ਹੱਕ ਹੈ ਆਪਦੀ ਚੀਜ਼ ਨੂੰ ਦੱਸਣ ਦਾ। ਤੇ ਕੋਈ ਗੱਲ ਨੀ, ਜੋ ਵੀ ਆ ਰਹੇ ਤੇ ਉਹਨਾਂ ਨੂੰ ਪਰਫਾਰਮ ਕਰਨ ਦਿਓ। ਥੈਂਕ ਯੂ।